ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਸਰਦਾਰ ਸੱਤਿਆਜੀਤ ਸਿੰਘ ਜੀ ਮਜੀਠੀਆ ਅਤੇ ਆਨਰੇਰੀ ਸਕੱਤਰ ਸਰਦਾਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਰਹਿਨਮਾਈ ਹੇਠ ਆਲ ਇੰਡੀਆ ਗੋਲਡ ਕੱਪ ਗੁਰੂ ਨਾਨਕ ਸਾਹਿਬ ਦੇ ਜੋ 550 ਸਾਲਾਂ ਨੇ 2019 'ਚ ਆਪਾਂ ਮਨਾ ਰਹੇ ਉਹਨੂੰ ਸਮਰਪਿਤ ਇਹ ਬਹੁਤ ਵੱਡਾ ਇੱਕ ਗੋਲਡ ਕੱਪ ਜਿਹੜਾ ਖਾਲਸਾ ਕਾਲਜ ਵਿਖੇ ਕੀਤਾ ਜਾ ਰਿਹਾ। ਇਹਦੇ ਵਿੱਚ 8 ਟੀਮਾਂ ਪੂਰੇ ਦੇਸ਼ ਭਰ 'ਚੋਂ ਆਈਆਂ ਨੇ ਜਿਹੜੀਆਂ ਬਹੁਤ ਹੀ ਚੰਗੀਆਂ ਟੀਮਾਂ ਮੰਨੀਆਂ ਜਾਂਦੀਆਂ ਨੇ ਲੜਕੀਆਂ ਦੀਆਂ ਹੋਕੀ ਦੀਆਂ, ਔਰ ਉਹਨਾਂ ਵਿੱਚ ਇਹ 20 ਤਰੀਕ ਨੂੰ ਸ਼ੁਰੂ ਹੋਇਆ, 24 ਨੂੰ ਕੱਲ੍ਹ ਦੁਪਹਿਰ ਵੇਲੇ ਫਾਈਨਲ ਜਿਹੜਾ ਖੇਡਿਆ ਜਾਣਾ ਹੈ। ਲਗਾਤਾਰ ਮੈਚ ਚੱਲ ਰਹੇ ਨੇ ਔਰ ਬਹੁਤ ਹੀ ਅੱਛੇ ਖੇਡ ਦਾ ਸਾਨੂੰ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਇੱਥੇ, ਔਰ ਸਾਨੂੰ ਸਾਰਿਆਂ ਨੂੰ ਅਪੀਲ ਵੀ ਹੈ ਕਿ ਤੁਸੀਂ ਆ ਕੇ ਇਸ ਮੈਚ ਨੂੰ ਵੇਖੋ। ਕੱਲ੍ਹ ਐਤਵਾਰ ਦਾ ਦਿਨ ਹੈ ਔਰ ਖਾਲਸਾ ਕਾਲਜ ਦੀ ਮੇਨ ਗਰਾਊਂਡ ਜੋ ਬਿਲਕੁਲ ਖਾਲਸਾ ਕਾਲਜ ਦੇ ਸਾਹਮਣੇ ਹੈ ਉੱਥੇ ਮੈਚ ਖੇਡਿਆ ਜਾਵੇਗਾ ਫਾਈਨਲ, ਔਰ ਗੋਲਡ ਕੱਪ ਵੇਖਾਂਗੇ ਕਿ ਕੌਣ ਜਿੱਤਦਾ ਹੈ। ਸਾਰੀਆਂ ਹੀ ਟੀਮਾਂ ਬਹੁਤ ਅੱਛੀਆਂ ਆਈਆਂ ਨੇ। ONGC ਜੋ ਭਾਰਤ ਦੀ ਬਹੁਤ ਪ੍ਰਮੁੱਖ ਇੱਕ ਤੇਲ ਕੰਪਨੀ ਹੈ ਉਸਨੇ ਇਸ ਨੂੰ ਸਪੋਂਸਰ ਕੀਤਾ ਹੈ, ਔਰ ਇਹਦੇ ਵਿੱਚ ਕੱਲ੍ਹ ਜਿਹੜਾ ਲਿਫਟ ਕੀਤਾ ਜਾਏਗਾ ਕੱਪ ਜਿਹੜਾ ਜਿਹੜੀ ਵੀ ਜੇਤੂ ਟੀਮ ਹੋਏਗੀ। ਔਰ ਆਪ ਸਭ ਨੂੰ ਅਪੀਲ ਹੈ ਕਿ ਤੁਸੀਂ ਆ ਕੇ ਇਸ ਕੱਪ ਨੂੰ ਇਸ ਹਾਕੀ ਦੇ ਮੈਚ ਜ਼ਰੂਰ ਦੇਖੋ। ਸਰ ਇਹ ਹਰ ਸਾਲ ਕਰਵਾਇਆ ਜਾਏਗਾ, ਕਿੰਨਵਾਂ ਨਾਲੇ ਮੈਚ ਹੈਗਾ? ਬਿਲਕੁਲ, ਸਾਡੇ ਪ੍ਰਧਾਨ ਸਾਹਿਬ ਔਰ ਸੈਕਟਰੀ ਸਾਹਿਬ ਦੀ ਇਹ ਮਨਸ਼ਾ ਹੈ, ਇੱਛਾ ਹੈ ਕਿ ਹਰ ਸਾਲ ਹੀ ਇਸ ਗੋਲਡ ਕੱਪ ਨੂੰ ਕਰਵਾਇਆ ਜਾਵੇ, ਔਰ ਸਾਡੀ ਵੀ ਇਹ ਪੂਰੀ ਕੋਸ਼ਿਸ਼ ਹੋਵੇਗੀ ਕਿ ਹਰੇਕ ਸਾਲ ਵੱਖ ਵੱਖ ਟੀਮਾਂ ਨੂੰ ਬੁਲਾ ਕੇ ਇੱਥੇ ਜਿਹੜੇ ਮੈਚ ਇਸ ਤਰ੍ਹਾਂ ਦੇ ਕਰਵਾਏ ਜਾਣ।